ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨੋ ਵੀਰ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਵਿਖਾਉਣੇ ਆ। ਇੱਕ ਆ ਸੂਈ ਮੱਝ ਵਿਖਾਉਣੀ ਆ, ਇਹਦੇ ਮਗਰ ਕੱਟੀ ਆ। ਇੱਕ ਆ ਤੋਕੜ ਗੱਬਣ ਮੱਝ ਤੁਹਾਨੂੰ ਦਿਖਾਉਣੀ ਚੱਕ ਪਾਸ, ਅਤੇ ਇੱਕ ਗਾਂ ਤੁਹਾਨੂੰ ਹੌਲੇ ਭੱਜ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ। ਕੱਟੀ ਵੀਰ ਜੀ ਨੇ ਕਹਿੰਦੇ ਕਿ ਪਹਿਲਾਂ ਵੇਖ ਲਓ, ਖਾਣ ਦੇਖੋ ਕੱਟੀ ਜੇ। ਠੀਕ ਹੈ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਵਧੀਆ, ਬਹੁਤ ਵਧੀਆ ਜੀ। ਵੇਚ ਲਿਆ ਕੱਲ੍ਹ ਵਾਲਾ ਮਾਲ ਫਿਰ? ਕੱਲ੍ਹ ਵਾਲਾ ਮਾਲ ਵਿਕ ਗਿਆ ਜੀ। ਠੀਕ ਹੈ। ਹਾਂਜੀ, ਅਤੇ ਅੱਜ ਫਿਰ 2 ਮੱਝਾਂ ਅਤੇ 1 ਗਾਂ। ਚਲੋ ਨਾਮ ਦੱਸਦੇ ਕਰੀ ਆਪਣਾ। ਨਾਮ ਸੋਨੂੰ, ਸੀ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲਦਾ? 61-65-7-52। ਠੀਕ ਹੈ। ਤੁਸੀਂ ਹੁਣ ਠੰਡ 'ਚ ਲੇਟ ਹੋ ਜਾਂਦੇ ਹੋ ਨਾ। ਠੀਕ, ਤੁਹਾਨੂੰ ਪਤਾ ਫਿਰ ਥੋੜ੍ਹਾ ਪਤਾ ਫਰਕ ਪੈ ਜਾਂਦਾ। ਤੁਸੀਂ ਚੁੱਕ ਦਾ ਆਪਣਾ, ਤੁਸੀਂ ਥੋੜ੍ਹਾ ਕਿਤੇ। ਕੋਈ ਗੱਲ ਨਹੀਂ, ਆਪਾਂ ਨਹੀਂ ਰੱਖਣਾ ਵਾ। ਚਲੋ ਸ਼ੁਰੂਆਤ ਆਪਾਂ ਹੁਣ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ, ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ। ਇਹਦਾ ਵੀ ਥਣਾ ਦਾ ਸਾਈਜ਼ ਗੈਪ ਦੇਖ ਸਕਦੇ ਜੀ। ਇੱਕ ਵਾਰੀ ਕਿਨਵਾ ਸੂਆ ਜੀ ਵਿੱਧੀ ਇਹਦਾ? ਇਹ ਵੀ ਜੀ ਸੂਆ ਸੂਈ ਪੈਂਦਾ। ਅੱਛਾ, ਚੰਗੀ ਜੰਮੀ ਪਲੀ ਝੋਟੀ ਹੈ। ਹਾਂਜੀ, ਘਰ ਚੋਂ ਆਪਾਂ ਝੋਟੀ ਨਹੀਂ, ਘਰ ਚੋਂ। ਠੀਕ ਹੈ। ਇਹਦੀ ਨੱਥ ਵੀ ਆਪਾਂ ਵਿੱਚ ਪਈ ਨਹੀਂ, ਚੱਬੂ ਜਿਹਾ ਲਾਇਆ ਇਹਦਾ। ਠੀਕ ਹੈ। ਇਹ ਪਰਸੋਂ ਦੀ ਆਈ ਮੇਰੇ ਕੋਲ। ਹਾਂਜੀ, ਇਹ ਨਾ ਕਿਸੇ ਦੇ ਕਰਦੀ ਜੇ ਮਾੜਾ ਮੋਟਾ ਵਾਧਾ ਕਰਾਇਆ ਮਿਲ ਲੱਗੀ। ਕਿਸ ਤਰ੍ਹਾਂ? ਜਿੱਦਾਂ ਮੰਨ ਲਓ ਕਿਸੇ ਦੇ ਟਾਈਮ ਨਾਲ ਮਿਲ ਪੈਂਦੀ ਆ। ਅੱਛਾ, ਕਿਸੇ ਲੇਟ ਵੀ ਮਿਲਦੀ ਆ, ਮਤਲਬ ਰੱਜ ਕੇ ਮਿਲਦੀ ਆ ਕੇ। ਹਾਂਜੀ, ਕਈ ਵਾਰੀ ਪਸ਼ੂ ਰੱਜ ਕੇ ਮਿਲਦਾ ਵਾ ਜੇ ਤਾਂ। ਕਈ ਹੱਥ ਦੀ ਝੋਟੀ। ਠੀਕ ਹੈ। ਜੇ ਕਿ ਮੇਰੀ ਵੀਰ ਨੂੰ ਚੰਗੀ ਲੱਗਦੀ ਕੋਈ ਲਵੇ, ਬੇਸ਼ੱਕ ਨਹੀਂ ਚੰਗੀ ਲੱਗਦੀ, ਬੇਸ਼ੱਕ ਕੋਈ ਭਾਵੇਂ ਨਾ ਵੀ ਖੜੇ, ਜਿੱਦਾਂ ਕਿ ਮੁੜ ਕੇ ਆਖੇ ਵੀਰ ਮਿਲਦੀ ਨਹੀਂ ਜਾ ਕੇ। ਅੱਛਾ, ਸਾਡੇ ਕੋਲ ਜਦੋਂ ਆਈ ਇਹਨੇ ਕੱਲ ਵੀ ਕੀਤਾ, ਪਰਸੋਂ ਕੀਤਾ ਜੀ। ਅੱਛਾ, ਅੱਜ ਸਵੇਰੇ ਸਾਡੇ ਕੋਲ ਮਿਲ ਪਈ 5 ਵਜੇ। ਅੱਛਾ, ਵਧੀਆ ਮਿਲ ਪਈ ਆ। ਅੱਜ ਦੇ ਮਿਲ ਪਈ ਤੇ ਉਤਰਾ ਟੀਕਾ ਲਾਇਆ ਕਿ ਮਿਲੀ ਉਤਰਾ ਕੱਟੀ ਤੇ ਹੀ ਜਦੋਂ ਮੈਂ ਭਾਈ ਲਿਆਂਦੀ ਨਾ। ਹਾਂਜੀ, ਉਦੋਂ ਨੇ ਕੀਤਾ ਖਰਾਬ ਮੜਿਆ। ਅੱਛਾ, ਕੱਟੀ ਮੈਂ 2-3 ਛੱਡੀ, ਉਦੋਂ ਟਾਈਮ 7:30 ਦਾ ਹੋਇਆ ਰਾਤ ਨੂੰ। ਅੱਛਾ, ਪਰ ਮੁੜ ਕੇ ਮੈਂ ਟੀਕਾ ਲਾਤਾ, ਆਪਾਂ ਗਲਤ ਨਹੀਂ ਕੰਮ ਕਰਨਾ। ਅੱਛਾ, ਦੱਸਣਾ ਟੀਕੇ ਨਾਲ ਮੁੜ ਕੇ ਲਾ ਕੇ ਆਪਾਂ ਭਾੜਾ ਪਾ ਕੇ ਥੱਲੇ ਬਹਿ ਗਏ ਹਾਂ। ਠੀਕ ਹੈ। ਜਦ ਦੀ ਕੱਟੀ ਨਾਲ ਉਹਨਾਂ ਘਰ ਕੱਟੀ, 2 ਡੰਗ ਆਪਾਂ ਕੱਟੀ ਨਾ ਚੋਈ ਆ। ਅੱਛਾ, ਪਰ ਕੱਟੀ ਨਾਲ ਮਿਲਦੀ, ਕੱਟੀ ਨਾਲ ਪਸੰਦ ਵੀ ਆ। ਅੱਛਾ, ਜਿੱਦਾਂ ਰੱਜ ਕੇ ਮਿਲਦੀ, ਜਿੱਦਾਂ ਕਈ ਵਾਰੀ ਟਾਈਮ ਵੱਧ ਲਾ, 10 ਵਜੇ ਤੱਕ ਮਿਲੇ ਨਾ, ਸਿੱਧੀ ਕਰ ਜੇ। ਅੱਛਾ, ਭਾਵੇਂ ਮਿਲ ਪਏ, ਭਾਵੇਂ 5 ਵਜੇ ਮਿਲ ਪਏ ਤੜਕੇ, ਉਸੇ ਵੇਲੇ ਮਿਲ ਪਏ, ਭਾਵੇਂ ਤੇ ਕਈ ਵਾਰੀ ਟਾਈਮ ਲਾ ਕੇ ਮਿਲ। ਪਰ ਇਹ ਪਈ ਹੱਥ ਦੇ, ਉਹਨੇ ਹੱਥ ਪਛਾਣਦੀ ਏ। ਅੱਛਾ, ਹੱਥ ਪਛਾਣਦੀ। ਚਲੋ ਸੈੱਟ ਹੋ ਜਾਓ ਦਿਹਾੜੀ ਟਾਈਮ ਸੈੱਟ, ਆਪਾਂ 10 ਕੇ ਦੇਣੀ, ਮੇਰਾ ਵੀ ਕੋਈ ਖੜੇ ਤੇ ਭਾਵੇਂ ਬੇਸ਼ੱਕ ਨਾ ਖੜੇ, ਮਗਰ ਕੱਟੀ ਬੜੇ ਕਮਾਲ ਦੇ ਨੇ। ਕੱਟੀ ਦੇਖੋ, ਕੱਟੀ ਬੇਸ਼ੱਕ ਕੋਈ ਵੀਰ ਨਾ ਵੀ ਖੜੇ, ਕੱਟੀ ਆਪਾਂ ਦੇਖੋ ਸਾਥ ਹੋਵੇ, ਕੱਟੀ ਚੰਗੀ ਸਾਂਭੀ ਆ ਉਹਨਾਂ ਦੀ, ਕੱਟੀ ਆਪਾਂ ਰੱਖ ਵੀ ਆ ਵੇਖੋ ਥਾਣੇ ਕੋ ਝੋਲੀ। ਹਾਂ, ਕੱਟੀ ਦੀ ਝੋਲੀ ਹੁਣ ਤਾਂ ਸੋਹਣੀ ਦਿਖਣ ਦੀ ਆ। ਕਿੰਨੇ ਕੁ ਜਦ ਜੇ ਮੰਨ ਲਓ ਕਿਸੇ ਕੋਲ ਕਵੇ ਆਪਾਂ ਕੱਟੀ ਤੋਂ ਬਿਨਾਂ ਲੈ ਜਾ ਕੇ 5000 ਦੀ 7 ਦੀ ਕੱਟੀ ਵੀ ਰੱਖ ਲਾਂਗੇ। ਅੱਛਾ, 7000 ਦੀ ਕੱਟੀ ਰੱਖ ਲਾਂਗੇ, ਜਿੰਨੇ ਦਾ ਬੁੱਲ ਪਾਵਾਂਗੇ 2-7000 ਕੱਟ ਲਾਂਗੇ। ਆਪ ਪੱਲ ਨਹੀਂ ਕੱਟੀ ਫਿਰ? ਸੋਹਣੀ ਕੱਟੀ ਬੰਦਾ ਮੰਗਣ ਡਿਆ ਕਿ ਸਾਡੇ ਆਪ ਨੂੰ ਲਾਗੇ ਗਵਾਂਢੀ ਆ। ਅੱਛਾ ਅੱਛਾ, ਉਹ ਮੰਗਣ ਡਿਆ ਬੰਦਾ ਤੁਹਾਨੂੰ ਦੇ ਦੇ ਕੱਟੀ, ਮੈਂ ਉਹਨੂੰ ਕੱਟੀ ਮੱਝ ਦੇ ਨਾਲ ਹੀ ਮਿਲਣੀ ਆ। ਠੀਕ ਹੈ ਜੀ। ਜਿਹਨਾਂ ਕੋਈ ਆਈ ਉਹ ਵੀ ਕੱਟੀ ਦੇ ਮੰਨਾਂ ਦੇ ਭਾਈ, ਇਹ ਕੱਟੀ ਤੋਂ ਬਿਨਾਂ ਵੀ ਕੋਈ ਨਾ। ਅੱਛਾ, ਵੀਰ ਜੋ ਕੱਟੀ ਸਾਨੂੰ ਦੇ ਦਿਓ। ਚਲੋ ਫਿਰ ਖੋਲੋ, ਮਿਲਦੀ ਕੱਟੀ ਨਾਲਿਆਂ ਨਾਲ ਇਹ। ਅੱਛਾ, ਤੇ ਮਿਲਦੀ ਭਾਜੀ ਕਿਸੇ ਦੇ ਰੱਜ ਕੇ ਮਿਲਦੀ, ਜੇ ਕਿਸੇ ਦੇ ਮੰਨ ਲਓ ਜਿੱਦਾਂ ਮਿਲ ਪਈ, ਭਾਵੇਂ ਮਿਲ ਪਏ ਭਾਵੇਂ 7 ਵਜੇ ਮਿਲ ਪਏ। ਠੀਕ ਹੈ। ਭਾਵੇਂ ਮਿਲੇ ਤਾਂ ਭਾਈ 10-11 ਵਜੇ ਮਿਲੇ। ਠੀਕ ਹੈ ਜੀ। ਸਿੱਧੀ ਗੱਲ ਆਪਾਂ ਦੱਸਣੀ, ਮਿਲ ਕੇ ਜਿਹੜਾ ਫੋਨ ਲਾਵੇ ਕੋਈ ਬਾਰ ਬਾਰ ਬਤਾ ਵੀਰ ਜੀ ਮਿਲਦੀ ਨਹੀਂ ਇਹਦੇ ਭੁੜਕਦੀ ਆ। ਹਾਂਜੀ ਹਾਂਜੀ, ਉਹ ਆਪਾਂ ਗਲਤ ਕੰਮ ਨਹੀਂ ਕਰਨਾ। ਲਿਆ ਫਿਰ ਤੋਰਾ ਹੈ ਕਰੀ ਨਾ, ਬਾਕੀ ਉਤਰਾ ਪੂਰੀ ਵੱਡੀ ਝੋਟੀ ਆ, ਚੰਗੀ ਜੰਮੀ ਪਲੀ ਆ। ਇਹ ਵੀ ਹੱਥ ਦੇ ਪਈ ਨੇ ਜਿਹੜਾ ਕਿ ਕਰਨਾ ਹੀ ਕਰਨਾ, ਇਹ ਪਈ ਹੱਥ ਦੇ ਉਹਨਾਂ ਦੇ। ਠੀਕ ਹੈ ਜੀ। ਇਹ ਹੱਥ ਉਹਦੇ ਪਛਾਣਦੀ ਹੈ, 2-4 ਦਿਨ ਦਿਹਾੜੀ ਕਰਨੇ ਕਰਦੇ, ਜਾ ਕੇ ਸੈੱਟ ਹੋ ਗਈ, ਫਿਰ ਗੁੱਸਾ ਗਾਲੀ ਗੁਲੀ ਪਈ ਆ। ਹਾਂਜੀ ਹਾਂਜੀ, ਜੇ ਸੈੱਟ ਹੋ ਗਈ ਭਾਵੇਂ ਫਿਰ ਖਲੋਣੀ, ਬਾਕੀ ਪੂਰੀ ਸੋਹਣੀ ਝੋਟੀ ਆ ਜਿਹੜੀ। ਫਿਰ ਭਾਈ ਝੋਟੀ ਥੋੜੀ ਕਿ ਮੜੀ, ਮਾਰੇ ਕਿਸੇ ਨਾਲ 200-300 ਲੱਖ ਦੀ ਝੋਟੀ ਆ, ਪੂਰੀ ਵੱਡੀ ਝੋਟੀ ਆ, ਚੰਗੀ ਪਿੱਠ ਫੋੜੇ ਦੀ ਚੜਾਈ ਆ। ਜਿਹੜੀ ਆਮ ਕਹਿ ਦਈਏ ਮੰਨ ਲਓ ਇੱਦਾਂ ਝੋਟੀ ਛੋਟੀ ਆ, ਪੂਰੀ ਝੋਟੀ ਸਿਰੇ ਦੀ ਮਹੀਂ ਜਿਹਨੂੰ ਕਹੀਦਾ। ਹਾਂਜੀ ਹਾਂਜੀ, ਜੇ ਕੱਟੀ ਵੀ ਸਾਹਮਣੇ ਸਾਲ ਨੂੰ ਕੱਟੀ ਮੰਗੀ ਝੋਟੀ ਬੰਨ ਵਾਲੀ ਰੱਖ ਲਈਏ। ਹਾਂ, ਦੇ ਸਕਦੇ ਸੋਹਣੀ ਝੋਟੀ ਜਿਹੜੀ, ਪੂਰੀ ਚੌਗੀ ਜੇ ਦੰਦਾਂ ਜੇ ਵੀ ਲੈ ਜਾ ਫਿਰ। ਚੈੱਕ ਕੀਤੇ ਤਾਂ ਤੁਸੀਂ ਫਿਰ ਦੰਦ ਘਰ ਵਾਲਿਆਂ ਦੇ ਚੌਗੀ ਇਹ ਮੋਟ ਪਿਛਿਆਂ ਨਾਲ ਨਾ ਹੁੰਦਾ ਆ। ਦੇਖ ਸਕਦੇ ਪਿਛਿਆਂ ਵੀ ਹਵਾ ਨਾ ਇਹਦਾ ਇੱਕ ਵਾਰੀ ਲੱਗੇ ਤਾਂ। ਆ ਲਿਆਓ, ਉਹ ਤਾਂ ਠੰਡੀ ਉਧਰ ਹੀ ਖਾਂਦੀ। ਆ ਵੇਖੋ, ਸਿਰਫ ਹੱਥ ਹੀ ਪਛਾਣਦੀ ਏ। ਆ ਵੇਖੋ, ਹਾਂ ਦੇਖ ਸਕਦੇ ਜੀ, 4 ਦੰਦ ਆ ਜੀ। ਹਾਂਜੀ ਹਾਂਜੀ, ਹੱਥ ਪਛਾਣਦੀ ਜਿਸ ਤਰ੍ਹਾਂ ਵੀਰ ਜੀ ਨਹੀਂ ਕਹਿੰਦੇ, ਬਾਕੀ ਪੂਰੀ ਚੰਗੀ ਜੰਮੀ ਪਲੀ ਝੋਟੀ ਆ ਜਿਹੜੀ, ਨਿੱਗਰ ਝੋਟੀ ਆ ਜਿਹੜੀ ਜਿੱਦਾਂ ਲਿਆਂਦੀ ਪਰਸੋਂ। ਹਾਂਜੀ, ਉਹ ਤੇ ਕੋ 12 ਕਿਲੋ ਵਿੱਚ ਹੋਇਆ ਉਹਦੇ ਘਰ 2 ਡੰਗ। ਅੱਛਾ, ਉਹਨਾਂ ਘਰੋਂ ਜੋ ਕੇ ਲਿਆਂਦੀ ਆ। ਅੱਛਾ, ਪਰ ਮੇਰੇ ਕੋਲ ਹੁਣ ਆਪਾਂ 8 ਕਿਲੋ ਰਹਿ ਗਿਆ ਜੀ। ਅੱਛਾ, ਹਾਂ 12 ਕਿਲੋ ਕੰਡਿਆ ਦੁੱਧ ਮਿਲਿਆ ਮੈਂ। ਠੀਕ ਆ, ਜਿਹੜੇ ਵੀਰ ਕੋਈ ਵੀ ਵੀਡੀਓ ਰੋਜ਼ ਵੇਖਦਾ ਸਾਡੀ, ਠੀਕ ਆ, ਉਹਨੂੰ ਪਤਾ ਲੱਗੀ ਨਾ ਝੂਠ ਤੇ ਸੱਚ ਆ। ਬਾਕੀ ਚਲੋ ਝੋਟੀ ਨਸਲ ਜਾਤ ਵਾਲੀ ਆ, ਜਿਹੜਾ ਕੋ ਵੀਰ ਚੰਗੀ ਸਾਂਭ ਵਾਲਾ ਲੈ ਜਾਊਗਾ।
नहीं चंगी लगती बेशक गुनाह करे ते मुल ते दसी यार फिर आओ फेर ही कटूगा कोई मुल दसोगे ते ਬਤਾਲੀ ਹਜ਼ਾਰ ਦੀ ਕਿੰਨੇ ਦੀ ਪੂਰੀ ਹਾਂ ਨਾ ਯੈਸ ਨੋ 43 ਦੇ ਦਾਂਗੇ ਜੀ ਪੂਰੇ 40 ਦੀ ਚਲੋ ਠੀਕ ਹੈ 40 ਚੋਂ 500 ਛੋੜ ਜਾਂਦਾ 40 ਚੋਂ 500 ਕਿੰਦੇ ਛੱਡ ਦੇਾਂਗੇ ਪਰ ਉਹ ਝੋਟੀ ਭਾਈਏ ਮੈਂ ਦੱਸਨੇ ਵੇਲੇ ਗਾਲੀ ਪਈਏ ਭਾਵੇਂ ਇਦਾਂ ਮਿਲ ਲੋ ਭਾਵੇਂ ਨਾ ਲਿਖੋ ਨਾ ਆ ਗਾਂ ਜਰਸੀ ਇੱਕ ਤੁਹਾਨੂੰ ਬਾਹਰ ਦਿਖਾਉਣੀ ਜਰਸੀ ਕ੍ਰੋਸ 'ਚ ਆ ਥਾਣਾ ਦਾ ਸਾਈਜ਼ ਗੈਪ ਦੇਖ ਸਕਦੇ ਜੇ ਦਾ ਇਹਦੀ ਭਾਈ ਅੱਜ ਤੁਸੀਂ ਮਹੀਨਾ ਵੀਡੀਓ ਪਾਈ ਗਏ ਬੰਦੇ ਕੋ ਕਿਹੜੇ ਅੱਡੇ ਦੇ ਠੀਕ ਹੈ ਜੀ ਲੈ ਜੀ 7 ਕਿਲੋ ਦੁੱਧ ਦੇ ਜਿਹੜਾ ਇਹਦੇ ਕੋਲ ਨਾ ਦੁੱਧ ਭਾਜੀ ਜੇ ਦੋ ਦਿਨ ਰਹਿ ਗਈ ਦੁੱਧ ਆਪਾਂ ਕਰ ਲਾਂਗੇ 12 13 ਕਿਲੋ ਫਿਰ ਕੋ ਵਾਂਡੋ ਕੋਲ ਖਾਦੀ ਜੇ ਦੋ ਚਾਰ ਦਿਨ ਰਹਿ ਗਈ ਲੱਗਦੇ ਬਾਕੀ ਸੰਭੀ ਨਹੀਂ ਆ ਕਿਸੇ ਵੀ ਨੇ ਸੂਈ ਭਾਈ ਮਹੀਨੇ ਤੋਂ ਬਾਅਦ ਨਹੀਂ ਸੂਈ ਜਿਹੜੇ ਬੰਦੇ ਕੋ ਆਏ ਆ ਬਾਜੇ ਦੀ ਵੀਡੀਓ ਤੁਸੀਂ ਬਣਾਈ ਪਈ ਤੋਂ ਫਿਰ ਬਣੀ ਠੀਕ ਹੈ ਜੀ ਹਾਂ ਦੱਸਿਆ ਬੰਦੇ ਨੇ ਉਹਦੀ ਵੀਡੀਓ ਵੇਖ ਕੇ ਨਾ ਖੜੀ ਚਲੋ ਬੰਦ ਹੈ ਫਿਰ ਇਹਨੇ ਬਾਕੀ ਚਵਾਜ ਓਕੇ ਜੀ ਤੇ ਕੀ ਰੱਖਣੇ ਦਾ ਮੁੱਲ ਫਿਰ ਇਹ ਭਾਈ ਦਵਾਂਗੇ 15000 ਦੀ 15000 ਦੀ ਹਾਂ ਕਰਨਾ ਵਿੱਚ ਮੰਨਤਾ ਨਾ ਹੋਰ ਇਹ ਤੋਂ ਭਾਈ ਜੇ ਵਿਗੀ ਨਾ ਵਿਗੀ ਨਾ ਆਪਾਂ ਘਰੇ ਭਜੋਲਣੀ ਹੈ ਠੀਕ ਹੈ ਜਿਦਾ ਕਿ ਦੁੱਧ ਸਾਨੂੰ ਬੜਾ ਛਟਾਲੇ ਆ ਗਈ ਦੁੱਧ ਯਾਦ ਕਰ ਰਿਹਾ ਗਾਂ ਵੀ ਕਿਹੜੀ ਰਕਮ ਵਾਲੀ ਗਾਂ ਹੈ ਕਿਹੜੀ ਮਤਲਬ ਥਾਣ ਹੈ ਚਾਰੇ ਓਕੇ ਆ ਹਾਂਜੀ ਹਾਂਜੀ ਆ ਵੀ ਭਾਈ ਗਾਂ ਦੁੱਧ ਨੇ ਛਟਾਲੇ ਦੇਈ ਨਾ 15 16 ਕਿਲੋ ਠੀਕ ਹੈ ਜੀ ਗਾਂ ਫਿਰ ਰਕਮ ਦੀ ਆ ਠੀਕ ਹੈ ਵੀ 2400 ਮੰਨਤਾ ਨਹੀਂ ਹੁੰਦਾ ਬਸ ਠੀਕ ਹੈ ਵੀ ਜੀ 15000 ਤੋਂ 14000 ਦੀ ਹਾਂ ਨਹੀਂ 14000 ਦੀ ਹਾਂ ਠੀਕ ਹੈ ਜੀ ਆ ਕੇ ਖੜੇ ਦੋ ਡੰਗ ਚੋਗ ਖੜੇ ਬਾਕੀ ਤਸੱਲੀ ਕਰਕੇ ਖੜੇ ਹਨਾ ਕਿ ਬਸ ਬਾਕੀ ਮਨ ਨੂੰ ਲੱਗਦੀ ਕੋਈ ਡੰਗਰ ਮੰਨ ਲਓ ਕੋਈ ਵੀ ਆ ਆਪਣੇ ਮਨ ਨੂੰ ਲੱਗਦਾ ਫਿਰ ਕੋਈ 20 ਰੁਪਏ ਦਾ ਸਾਈ ਪਾਵੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਦੱਸਣੇ ਆਪਾਂ ਫਿਰ ਦੁਬਾਰਾ ਵੀ ਦੱਸਦੇ ਆ ਬਾਕੀ ਇਹਦੀ ਆਪਾਂ ਜਿਹੜੀ ਬੱਚੇ ਨਾਲ ਮਿਲਦੀ ਬੱਚੇ ਨਾਲ ਪਰ ਟਾਈਮ ਭੰਨ ਭੁੰਨ ਕੇ ਕਿਸੇ ਲਈ ਮੰਨ ਲਓ 10 ਵਜੇ ਮਿਲ ਪੈਂਦੀ ਕਿਸੇ ਲਈ ਮੰਨ ਲਓ ਭਾਵੇਂ ਮਿਲ ਪਏ 7 ਵਜੇ ਮਿਲਦੇ ਹੱਥ ਦੇ ਪਈ ਉਹਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਆਪਣੀ ਤਸੱਲੀ ਕਰਕੇ ਖੜੇ ਜੀ